ਇੱਕ ਸਟ੍ਰੋ ਅਤੇ ਕੈਂਚੀ ਨਾਲ ਇਹ ਮਜ਼ੇਦਾਰ ਸਪਾਈਰਲ ਬਣਾਓ। ਸਟ੍ਰੋ ਨੂੰ ਇੱਕ ਹੱਥ ਵਿੱਚ ਫੜੋ ਅਤੇ ਦੂਜੇ ਹੱਥ ਨਾਲ ਸਪਾਈਰਲ ਕੱਟਣਾ ਸ਼ੁਰੂ ਕਰੋ। ਇਸ ਵਾਸਤੇ ਤੁਹਾਨੂੰ ਇੱਕ ਹੱਥ ਨਾਲ ਸਟ੍ਰੋ ਨੂੰ ਘੁਮਾਉਣਾ ਪਏਗਾ ਅਤੇ ਦੂਜੇ ਹੱਥ ਨਾਲ ਕੱਟਣਾ ਪਏਗਾ। ਉਦੋਂ ਤੱਕ ਕੱਟਦੇ ਰਹੋ ਜਦੋਂ ਤੱਕ ਸਪਾਈਰਲ ਸਟ੍ਰੋ ਦੇ ਅੱਧ ਤੱਕ ਨਹੀਂ ਕੱਟ ਲੈਂਦੇ। ਹੁਣ ਸਪ੍ਰਿੰਗ ਵਰਗਾ ਸਪਾਇਰਲ ਦੇਖਣ ਲਈ ਇਸ ਨੂੰ ਖਿੱਚੋ, ਇਸ ਨੂੰ ਸਿੱਧਾ ਕਰੋ ਅਤੇ ਦੂਜੇ ਪਾਸੇ ਪੈਨਸਿਲ ਦੀ ਸ਼ਕਲ ਬਣਾਓ। ਇਹ ਰੀਡ ਦਾ ਕੰਮ ਕਰੇਗੀ ਜੋ ਵਾਈਬ੍ਰੇਟ ਹੋਵੇਗੀ। ਬਿਨਾਂ ਰੀਡ ਤੋਂ ਇੱਕ ਸਪਾਇਰਲ ਸਟ੍ਰੋ ਲਵੋ। ਫੂਕ ਮਾਰਨ 'ਤੇ ਇਹ ਸਪ੍ਰਿੰਗ ਛੋਟੇ ਹਾਥੀ ਦੀ ਸੁੰਡ ਵਾਂਗ ਹਿੱਲੇਗਾ ਕਿਉਂਕਿ ਇਸ ਵਿੱਚ ਕੋਈ ਰੀਡ ਨਹੀਂ ਹੈ, ਇਸ ਲਈ ਇਹ ਆਵਾਜ਼ ਨਹੀਂ ਕਰੇਗੀ। ਹੁਣ ਰੀਡ ਵਾਲੀ ਸਟ੍ਰੋ ਨੂੰ ਮਾਰੋ। ਇਹ ਦੋਹਰਾ ਕੰਮ ਕਰੇਗੀ, ਇਹ ਵਾਈਬ੍ਰੇਟ ਵੀ ਹੋਏਗੀ ਅਤੇ ਬੰਸਰੀ ਦੀ ਆਵਾਜ਼ ਵੀ ਕੱਢੇਗੀ।